ਅਸੀਂ ਕਲੈਕਸ਼ਨ ਲੈਰਾ ਗਾਗਾ ਵੱਲੋਂ ਮੈਂ ਅਮ੍ਰਿਤਪਾਲ ਕੌਰ ਹਾਜ਼ਰ ਹੋਈ ਹਾਂ ਜੀ ਲੈ ਕੇ ਇੱਕ ਹੋਰ ਨਵੀਂ ਵੀਡੀਓ ਅਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸੂਟ ਨਹੀਂ ਦਿਖਾਉਣੇ ਉਹਦੇ ਵਿੱਚ ਆਪਾਂ ਨੇ ਤੁਹਾਨੂੰ ਇੱਕ ਟ੍ਰਿਕ ਦੱਸਣੀ ਹੈ ਜਿੱਦਾਂ ਆਪਾਂ ਹੈਂਡ ਵਰਕ ਦੇ ਸੂਟ ਹੁੰਦੇ ਆ ਹੈ ਨਾ ਆਪਣੇ ਆਪਾਂ ਬਾਹਰ ਆਇਰਨ ਕਰਵਾਉਂਦੇ ਹਾਂ ਇਸ ਦੇ ਨਾਲ ਕੀ ਆਪਾਂ ਘਰ ਹੀ ਈਜ਼ੀਲੀ ਬੜੇ ਆਸਾਨ ਤਰੀਕੇ ਨਾਲ ਅਤੇ ਬਹੁਤ ਹੀ ਵਧੀਆ ਆਇਰਨ ਘਰ ਵਿੱਚ ਕਰ ਸਕਦੇ ਹੈਂਡ ਵਰਕ ਸੂਟਾਂ ਦੇ ਉੱਪਰ ਜਿੱਦਾਂ ਮੇਰੇ ਕੋਲ ਇਹ ਵਾਲਾ ਸੂਟ ਹੈ ਤੁਸੀਂ ਦੇਖ ਸਕਦੇ ਹੋ ਫੁੱਲ ਹੈਂਡ ਵਰਕ ਹੈ ਜੀ ਪੂਰਾ ਹੈਂਡ ਵਰਕ ਦਾ ਸੂਟ ਹੈ ਤੁਹਾਨੂੰ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਘਰ ਦੇ ਵਿੱਚ ਹੀ ਆਇਰਨ ਕਰਨੀ ਦੱਸਾਂਗੇ ਦੋ ਚੀਜ਼ਾਂ ਦੀ ਲੋੜ ਹੈ ਇੱਥੇ ਇੱਕ ਸੌਫਟ ਜਿਹਾ ਟੋਵਲ ਲੈਣਾ ਆਪਾਂ ਅਤੇ ਦੂਸਰਾ ਸਪੇ ਦੇ ਲਈ ਥੋੜ੍ਹਾ ਜਿਹਾ ਸਪੇ ਪਾਓ ਠੀਕ ਹੈ ਵਾਟਰ ਇਹਦੇ ਵਿੱਚ ਹੋਊਗਾ ਥੋੜ੍ਹਾ ਜਿਹਾ ਇਸ ਤਰ੍ਹਾਂ ਵਿਛਾ ਕੇ ਜੋ ਵੀ ਆਪਣਾ ਹੈਂਡ ਵਰਕ ਵਾਲਾ ਸੂਟ ਹੈ ਇਹਨੂੰ ਆਪਾਂ ਸਿੱਧਾ ਬਿਲਕੁਲ ਵੀ ਨਹੀਂ ਰੱਖਣਾ ਸਿੱਧਾ ਬਿਲਕੁਲ ਨਹੀਂ ਰੱਖਣਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਇਹਦੇ ਜਿਹੜੇ ਮੋਤੀ ਸਤਾਰੇ ਜੋ ਵੀ ਹੈਗੇ ਨੇ ਜੇ ਆਪਾਂ ਇਹਦੇ ਉੱਤੇ ਸਿੱਧੀ ਆਇਰਨ ਕਰਾਂਗੇ ਤਾਂ ਇਹ ਸਾਰੇ ਫਿਨਿਸ਼ਿੰਗ ਖਤਮ ਹੋ ਜੂ ਖਰਾਬ ਹੋ ਜਾਣਗੇ ਤਾਂ ਇਹਨੂੰ ਆਪਾਂ ਇਸ ਤਰ੍ਹਾਂ ਰੱਖਣਾ ਹੈ ਪੁੱਠਾ ਰੱਖਣਾ ਕਮੀਜ਼ ਨੂੰ ਪੁੱਠਾ ਰੱਖ ਕੇ ਆਪਾਂ ਆਇਰਨ ਨੂੰ ਇੱਕ ਬਿਲਕੁਲ ਵੀ ਆਇਰਨ ਨੂੰ ਬਿਲਕੁਲ ਵੀ ਇਸ ਤਰ੍ਹਾਂ ਨਹੀਂ ਕਰਨਾ ਜਿੱਦਾਂ ਆਪਾਂ ਨੋਰਮਲ ਕੱਪੜੇ ਦੇ ਉੱਪਰ ਕਰਦੇ ਹਾਂ ਹੈਂਡ ਵਰਕ ਵਾਲੇ ਸੂਟ ਉੱਪਰ ਇਸ ਤਰ੍ਹਾਂ ਆਇਰਨ ਨੂੰ ਬਿਲਕੁਲ ਨਹੀਂ ਕਰਨਾ ਆਪਾਂ ਨੇ ਇਸ ਤਰ੍ਹਾਂ ਪੂਰਾ ਇਸ ਨੂੰ ਦਬਾ ਦੇ ਕੇ ਐਵੇਂ ਚੱਕ ਚੱਕ ਕੇ ਪ੍ਰੈਸ ਨੂੰ ਵਾਰ ਵਾਰ ਇਸ ਤਰ੍ਹਾਂ ਰੱਖਣਾ ਇਸ ਦੇ ਨਾਲ ਤੁਹਾਡਾ ਹੈਂਡ ਵਰਕ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਤੁਹਾਨੂੰ ਕਿਤੇ ਵੀ ਬਾਹਰ ਆਇਰਨ ਕਰਾਉਣ ਦੀ ਲੋੜ ਨਹੀਂ ਹੈ ਤੁਸੀਂ ਘਰ ਦੇ ਵਿੱਚ ਹੀ ਆਪਣੇ ਮਹਿੰਗੇ ਤੋਂ ਮਹਿੰਗੇ ਸੂਟਾਂ ਦੇ ਉੱਪਰ ਬੜੇ ਹੀ ਆਸਾਨ ਤਰੀਕੇ ਦੇ ਨਾਲ ਅਤੇ ਬਹੁਤ ਹੀ ਵਧੀਆ ਆਇਰਨ ਘਰ ਦੇ ਵਿੱਚ ਹੀ ਕਰ ਸਕਦੇ ਹੋ ਇਸ ਤਰ੍ਹਾਂ ਚੱਕ ਚੱਕ ਕੇ ਪ੍ਰੈਸ ਨੂੰ ਰੱਖਣਾ ਇਹ ਚੀਜ਼ ਦਾ ਧਿਆਨ ਰੱਖਣਾ ਵੀ ਪ੍ਰੈਸ ਨੂੰ ਬਿਲਕੁਲ ਵੀ ਇਸ ਤਰ੍ਹਾਂ ਆਪਾਂ ਪ੍ਰੈਸ ਨਹੀਂ ਕਰ ਸਕਦੇ ਵਾਰ ਵਾਰ ਉਠਾ ਕੇ ਇਸ ਤਰ੍ਹਾਂ ਆਪਾਂ ਪੂਰੀ ਫਿਨਿਸ਼ਿੰਗ ਦੇ ਨਾਲ ਜੋ ਆਪਣੇ ਹੈਂਡ ਵਰਕ ਵਾਲੇ ਸੂਟ ਨੇ ਪੂਰੇ ਦੇ ਉੱਪਰ ਇਸ ਤਰ੍ਹਾਂ ਆਪਾਂ ਦੇਖੋ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਕੋਈ ਮਨਕਾ ਖਰਾਬ ਨਹੀਂ ਹੋਊਗਾ ਕੋਈ ਮੋਤੀ ਖਰਾਬ ਨਹੀਂ ਹੋਊਗਾ ਬਹੁਤ ਹੀ ਵਧੀਆ ਆਇਰਨ ਆਪਾਂ ਘਰ ਦੇ ਵਿੱਚ ਕਰ ਸਕਦੇ ਹਾਂ ਜਿਸ ਤਰ੍ਹਾਂ ਜੇਕਰ ਇਹਦੇ ਵਿੱਚ ਥੋੜ੍ਹੇ ਬਹੁਤ ਬਲ ਜ਼ਿਆਦਾ ਨੇ ਹੈ ਨਾ ਉਂਝ ਤਾਂ ਵੈਸੇ ਕੋਈ ਲੋੜ ਨਹੀਂ ਪੈਣੀ ਜੇਕਰ ਇਸ ਤਰ੍ਹਾਂ ਬਲ ਜ਼ਿਆਦਾ ਨੇ ਤਾਂ ਆਪਾਂ ਥੋੜ੍ਹਾ ਜਿਹਾ ਵੀ ਪਾਣੀ ਦੇ ਨਾਲ ਸਪਰੇ ਕਰ ਲਾਂਗੇ ਤਾਂ ਇਹਦੇ ਨਾਲ ਜੋ ਬਲ ਨੇ ਈਜ਼ੀਲੀ ਨਿਕਲ ਜਾਂਦੇ ਨੇ ਅਤੇ ਉਸ ਤੋਂ ਬਾਅਦ ਹੁਣ ਜਿਸ ਤਰ੍ਹਾਂ ਇਹ ਸਾਈਡ ਵਾਲੀਆਂ ਸਲਾਈਆਂ ਨੇ ਹੈ ਨਾ ਇਹ ਆਪਾਂ ਕੱਢਣੀਆਂ ਹੁੰਦੀਆਂ ਨੇ ਬਟ ਹੁਣ ਇਹ ਹੈਂਡ ਵਰਕ ਕਰਕੇ ਆਪਾਂ ਇੱਥੇ ਪ੍ਰੈਸ ਨਹੀਂ ਕਰ ਸਕਦੇ ਅਤੇ ਇਹਨੂੰ ਇਹ ਜੇ ਆਪਾਂ ਪੁੱਠਾ ਕਰਕੇ ਕਰਾਂਗੇ ਤਾਂ ਇਹ ਸਲਾਈਆਂ ਨਹੀਂ ਨਿਕਲਣਗੀਆਂ ਤਾਂ ਇੱਥੇ ਆਪਣੇ ਕੋਲ ਕੀ ਟ੍ਰਿਕ ਹੈ ਆਪਾਂ ਨੇ ਕੋਈ ਵੀ ਪਤਲਾ ਜਿਹਾ ਕੱਪੜਾ ਲੈ ਲੈਣਾ ਮੇਰੇ ਕੋਲ ਇਹ ਲਾਈਨਿੰਗ ਦਾ ਪੀਸ ਬਚਿਆ ਹੋਇਆ ਮੈਂ ਇਹ ਲੈ ਰਹੀ ਹਾਂ ਇਸ ਦੇ ਉੱਪਰ ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਦੱਸਿਆ ਰੱਖ ਕੇ ਥੋੜ੍ਹੇ ਟਾਈਮ ਲਈ ਪ੍ਰੈਸ ਨੂੰ ਇਸ ਤਰ੍ਹਾਂ ਛੱਡ ਕੇ ਪ੍ਰੋਪਰ ਆਪਾਂ ਸਲਾਈਆਂ ਕੱਢ ਸਕਦੇ ਹਾਂ ਇੱਥੋਂ ਇਹ ਟ੍ਰਿਕ ਹੈ ਜੀ ਦੇਖ ਸਕਦੇ ਹੋ ਸਿਲਾਈ ਦੀ ਕਿੰਨੀ ਵਧੀਆ ਫਿਨਿਸ਼ਿੰਗ ਆਈ ਹੈ ਬਹੁਤ ਹੀ ਵਧੀਆ ਆਇਰਨ ਹੋਈ ਹੈ ਦੇਖੋ ਨਾ ਹੀ ਕੋਈ ਹੈਂਡ ਵਰਕ ਦਾ ਲੋਸ ਹੋਇਆ ਇਸ ਦੇ ਵਿੱਚ ਇਹ ਵਾਲੀ ਚੀਜ਼ ਹੈ ਸਾਰਾ ਹੈਂਡ ਵਰਕ ਹੈ ਪਰ ਇਹਦੇ ਉੱਤੇ ਵੀ ਆਪਾਂ ਪ੍ਰੋਪਰ ਜੇ ਸਿੱਧਾ ਹੀ ਪ੍ਰੈਸ ਕਰਾਂਗੇ ਤਾਂ ਇਹਦੀ ਫਿਨਿਸ਼ਿੰਗ ਖਰਾਬ ਹੋ ਜੂਗੀ ਇਸ ਨੂੰ ਵੀ ਆਪਾਂ ਬਸ ਇਹ ਚੀਜ਼ ਦਾ ਧਿਆਨ ਰੱਖਣਾ ਵੀ ਜੋ ਟੋਵਲ ਹੈ ਨੀਚੇ ਉਹ ਸੌਫਟ ਹੋਵੇ ਇਹਦੇ ਵਿੱਚ ਜਿਹੜਾ ਹੈਂਡ ਵਰਕ ਹੁੰਦਾ ਇਹਦੇ ਵਿੱਚ ਚਲਾ ਜਾਂਦਾ ਅਤੇ ਇਹਦਾ ਕੋਈ ਲੋਸ ਨਹੀਂ ਹੁੰਦਾ ਖਰਾਬ ਨਹੀਂ ਹੁੰਦਾ ਇਹ ਇਸ ਨੂੰ ਵੀ ਆਪਾਂ ਉਸੇ ਤਰ੍ਹਾਂ ਚਾਹੇ ਜ਼ਿਆਦਾ ਨਹੀਂ ਹੈ ਫਿਰ ਵੀ ਇਹਦੇ ਮਨ ਕੇ ਖਰਾਬ ਨਹੀਂ ਹੋਣਗੇ ਇਸ ਤਰ੍ਹਾਂ ਆਪਾਂ ਆਇਰਨ ਕਰਾਂਗੇ ਹੁਣ ਬੋਟਮ ਹੈ ਇਹਨੂੰ ਆਪਾਂ ਜਦੋਂ ਜਿਵੇਂ ਉਂਝ ਤਾਂ ਆਪਾਂ ਹੈਂਡ ਵਰਕ ਦੇ ਪੁੱਠੀ ਕਰਕੇ ਇਸ ਨੂੰ ਆਪਾਂ ਕਰ ਸਕਦੇ ਹਾਂ ਬਟ ਜੋ ਇਹ ਸਲਾਈਆਂ ਕੱਢਣੀਆਂ ਨੇ ਸਲਾਈਆਂ ਦੇ ਉੱਪਰ ਸਲਾਈਆਂ ਤਾਂ ਆਪਾਂ ਸਿੱਧੇ ਕੱਪੜੇ ਦੇ ਉੱਪਰ ਹੀ ਕੱਢ ਸਕਦੇ ਹਾਂ ਨਾ ਤਾਂ ਇਹਦੇ ਲਈ ਆਪਾਂ ਜਿਸ ਤਰ੍ਹਾਂ ਮੈਂ ਪਹਿਲਾਂ ਲਾਉਣ ਵਾਲੇ ਕੱਪੜੇ ਦਾ ਯੂਜ਼ ਕਰ ਰਹੀ ਹਾਂ ਤੁਸੀਂ ਵੀ ਇਸ ਤਰ੍ਹਾਂ ਇਹਦੇ ਉੱਪਰ ਦਬਾ ਦੇਂਗੇ ਪ੍ਰੋਪਰ ਆਇਰਨ ਕਰ ਸਕਦੇ ਹੋ ਇਸ ਟ੍ਰਿਕ ਦੇ ਨਾਲ ਆਪਾਂ ਹੈਵੀ ਹੈਂਡ ਵਰਕ ਦੇ ਜੋ ਸੂਟ ਨੇ ਆਇਰਨ ਕੀਤੇ ਨੇ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋ ਹਾਂਜੀ ਇਸ ਤਰ੍ਹਾਂ ਆਪਾਂ ਛੋਟੀ ਟ੍ਰਿਕ ਦੇ ਨਾਲ ਆਪਣੇ ਜੋ ਹੈਂਡ ਵਰਕ ਦੇ ਹੈਵੀ ਸੂਟ ਹੁੰਦੇ ਉਹਨਾਂ ਨੂੰ ਘਰ ਆਇਰਨ ਕਰ ਸਕਦੇ ਹਾਂ ਉਮੀਦ ਹੈ ਤੁਹਾਨੂੰ ਇਹ ਵਾਲੀ ਵੀਡੀਓ ਬਹੁਤ ਹੈਲਪਫੁੱਲ ਰਹੂਗੀ ਓਕੇ ਜੀ ਮਿਲਦੇ ਹਾਂ ਨੈਕਸਟ ਟਾਈਮ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਥੈਂਕ ਯੂ